ਕੀਤਾ ਜਾਂ ਮੈਂ ਚਾਹ ਤੋਂ ਦਬਾਹ ਕਰਕੇ ਬਸ ਅਨਾਜ ਕਣਕ ਤੋਂ ਕੁੰਡਾ ਬਸ ਉਹ ਪਾਰਟੀਬਾਜ਼ੀ ਕਰਕੇ ਉਹਨਾਂ ਨੇ ਦਬਾਅ ਪਾ ਦਿੱਤਾ ਉੱਥੇ ਬਸ ਨਹੀਂ ਪਾਰਟੀਬਾਜ਼ੀ ਵਾਸਤੇ ਇੱਦਾਂ ਇਹੋ ਜਿਹਾ ਕੋਈ ਇਲਜ਼ਾਮ ਲਾ ਸਕਦੇ ਆ ਕਿ ਬੱਚਿਆਂ ਨਾਲ ਤੁਸੀਂ ਛੇੜਛਾੜ ਕੀਤੀ ਗੁਰਦੁਆਰੇ ਦੇ ਅੰਦਰ ਉਹ ਬੱਚਿਆਂ ਨੂੰ ਖਿੱਚਿਆ ਉਹ ਬੱਚਿਆਂ ਦੇ ਫੇਸ 'ਤੇ ਨਿਸ਼ਾਨ ਵੀ ਨੇ ਉਹ ਫੇਸ ਨਿਸ਼ਾਨ ਸੁਣੇ ਆਪੇ ਬਣਾ ਲੈਣਾ ਉਹਨੇ ਆਪੇ ਪਤਾ ਨਹੀਂ ਕਿਵੇਂ ਬਣਾ ਲੈਣਾ ਮੇਰਾ ਮੈਂ ਕੁਛ ਨਹੀਂ ਕੀਤਾ ਬੱਚਿਆਂ ਨੂੰ ਤੁਸੀਂ ਕੁਝ ਨਹੀਂ ਕੀਤਾ ਨਾ ਦੇਖੋ ਬੜੀ ਕਾਨੂੰਨੀ ਤੇ ਮੁੱਢ ਭੰਗੀ ਹਰਕਤ ਕੀਤੀ ਹੈ ਬੰਦੇ ਨੇ ਸਮਾਜ 'ਚ ਜਿਹੜੇ ਕੁਰੀਤੀਆਂ ਨੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਇਹਨਾਂ ਨੂੰ ਸਖ਼ਤ ਹੱਥਾਂ ਨਾਲ ਲੈਣਾ ਚਾਹੀਦਾ ਜੋ ਉਸਨੇ ਕੀਤਾ ਇਸ ਲਈ ਇਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਇਹਨੂੰ ਪੂਰਾ ਕੇਸ ਦਮ ਖੜ੍ਹ ਨਾਲ ਅਸੀਂ ਲੜਾਂਗੇ ਇਹਦੇ ਖਿਲਾਫ਼ ਵੀ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਜੁੱਟ ਨਾ ਕਰ ਸਕੇ ਦੋ ਦਿਨ ਦਾ ਰਿਮਾਂਡ ਜੱਜ ਸਾਹਿਬ ਨੇ ਦਿੱਤਾ ਜੀ ਅੱਜ ਪੇਸ਼ ਹੋਇਆ ਸੀ ਦਲੀਲਾਂ ਸੁਣੀਆਂ ਗਈਆਂ ਜੱਜ ਸਾਹਿਬ ਵੱਲੋਂ ਜੱਜ ਸਾਹਿਬ ਵੱਲੋਂ ਆਰੇ ਵੱਲੋਂ ਵੀ ਬਹੁਤ ਜ਼ਿਆਦਾ ਕੁਐਸਚਨਿੰਗ ਕੀਤੀ ਗਈ ਉਹ ਸਾਰੀਆਂ ਦਲੀਲਾਂ ਨੂੰ ਮੁੱਖ ਰੱਖਦੇ ਹੋਏ ਜੱਜ ਸਾਹਿਬ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ 17 ਤਰੀਕ ਤੱਕ ਇਹਦੇ ਕਹਿਣ ਮੁਤਾਬਕ ਵੀ ਉਮਰ 7 ਸਾਲ ਦੀ ਹੈ 65 ਸਾਲ ਦੀ ਹੈ ਜੀ ਉਹ 6-7 ਸਾਲ ਦੀ ਛੇ ਸਾਲ ਦੀ ਦੂਜੀ 7 ਸਾਲ ਦੀ ਹੈ ਅਸੀਂ ਮੁਕਦਮਾ ਦਰਜ ਸੀ ਮੁਕਦਮਾ ਨੰਬਰ 28 ਹੈ 7-7-24 ਦਾ ਜੋਗਿੰਦਰ ਸਿੰਘ ਦੇ ਖਿਲਾਫ਼ ਪੁੱਤਰ ਨਿਆਮਤ ਰਾਏ ਵਾਸੀ ਚੱਕ ਜਵਾਨਗੜ੍ਹ ਅਤੇ ਇਹਨੇ ਕੱਲ੍ਹ ਅਰੈਸਟ ਪਾਈ ਅਰੈਸਟ ਕੀਤਾ ਅਰੈਸਟ ਪਾ ਕੇ ਅਤੇ ਅੱਜ ਅਸੀਂ ਜੱਜ ਸਾਹਿਬ ਦੇ ਪੇਸ਼ ਕੀਤਾ ਤਾਂ ਜੋ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਅਤੇ ਡੰਗਾਈ ਨਾਲ ਪੁੱਛ ਕੀਤੀ ਕੀਤੀ ਜਾਊਗੀ ਜੋ ਮਿਸ ਸਫ਼ਰ ਮਿਸਲ ਦੀ ਸ਼ਹਾਦਤ ਹੋਊਗੀ ਲੈਂਦੀ ਜਾਊਗੀ ਦੋਸ਼ੀ ਇਸੇ ਵਾਸਤੇ ਰਿਮਾਂਡ ਲਿਆ ਕੋਈ ਭਗਵਾਨ ਜਵਾਬ ਨਹੀਂ ਦੇ ਰਿਹਾ ਇਹ ਤਫਤੀਸ਼ ਜਾਰੀ ਆਪਣੇ ਡੰਗਾਈ ਨਾਲ ਤਫਤੀਸ਼ ਕਰਨ ਦੀ ਖਾਤਰ ਰਿਮਾਂਡ ਲਿਆ ਅਸੀਂ ਆਪ ਰੈਸਟ ਕੀਤਾ ਬਹੁਤ ਕਹਿੰਦੇ ਹੁੰਦੇ ਆ ਅਸੀਂ ਆਵਾਜ਼ ਕੀਤਾ